ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟਲ ਇੰਡੀਆ ਤੋਂ। ਦੋਸਤੋ, ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਤੋਂ ਆਪਣੀ ਇੱਕ ਨਵੀਂ ਸਕਸੈਸ ਸਟੋਰੀ ਲੈ ਕੇ ਤੁਹਾਡੇ ਮੂਹਰੇ ਹਾਜ਼ਰ ਹਾਂ ਜੀ। ਅੱਜ ਫਿਰ ਮੇਰੇ ਹੱਥ 'ਚ ਪਾਸਪੋਰਟ ਹੈ ਅਤੇ ਪਾਸਪੋਰਟ 'ਤੇ ਲੱਗਿਆ ਹੋਇਆ ਕੈਨੇਡਾ ਦਾ ਮਲਟੀਪਲ ਐਂਟਰੀ 10-year ਵੀਜ਼ਾ। ਇਹ ਵੀਜ਼ਾ ਮੇਰੇ ਨਾਲ ਖੜ੍ਹੇ ਨੇ ਸਿਮਰਨ, ਇਹਨਾਂ ਦਾ ਵੀਜ਼ਾ, ਇਹਨਾਂ ਦਾ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਜਿਹੜਾ ਹੈਗਾ ਉਹ ਲੱਗ ਕੇ ਆਇਆ। ਦੋਸਤੋ, ਇਹਨਾਂ ਦੀ ਏਜ਼ 26 ਏਅਰ ਹੈ, ਅਨਮੈਰਿਡ ਨੇ, ਪ੍ਰਾਈਵੇਟ ਜੋਬ ਕਰਦੇ ਨੇ, ਹੋਟਲ ਬੁਕਿੰਗ 'ਤੇ ਇਹਨਾਂ ਦਾ ਜਿਹੜਾ ਵੀਜ਼ਾ ਲੱਗ ਕੇ ਆਇਆ। ਸੋ ਸਭ ਤੋਂ ਪਹਿਲਾਂ ਆਪਾਂ ਸਿਮਰਨ ਨੂੰ ਮੁਬਾਰਕਬਾਦ ਦਿੰਦੇ। ਸਿਮਰਨ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੁਹਾਡਾ ਵੀਜ਼ਾ ਲੱਗ ਕੇ ਆਇਆ। ਸਿਮਰਨ, ਤੁਸੀਂ ਸਾਡੇ ਬਾਰੇ, ਸਾਡੀ ਕੰਪਨੀ ਬਾਰੇ ਜੋ ਤੁਹਾਡਾ ਐਕਸਪੀਰੀਅੰਸ ਰਿਹਾ, 2 ਸ਼ਬਦ ਕੀ ਕਹਿਣਾ ਚਾਹੋਗੇ? ਮੈਂ ਇਹਨਾਂ ਦਾ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਕਿ ਇਹਨਾਂ ਨੇ ਵੀਜ਼ਾ ਮੇਰਾ ਲਗਵਾ ਕੇ ਦਿੱਤਾ। ਮੈਂ ਮੇਰਾ ਪਹਿਲਾਂ ਰਿਫਿਊਜ਼ਲ ਹੋਇਆ ਸੀ, ਬਟ ਫਿਰ ਮੈਂ ਯੂਟਿਊਬ 'ਤੇ ਦੇਖਿਆ ਟੂਰਿਸਟਲ ਇੰਡੀਆ ਦਾ ਸਾਰਾ ਵੀਡੀਓਜ਼, ਅਤੇ ਫਿਰ ਮੈਂ ਇਹਨਾਂ ਦੇ ਆਫਿਸ ਵਿਜ਼ਿਟ ਕੀਤਾ। ਫਿਰ ਇਹਨਾਂ ਨੇ ਇੱਕ ਚੈੱਕਲਿਸਟ ਦਿੱਤੀ ਜਿਹਦੇ ਅਕੋਰਡਿੰਗ ਮੈਂ ਇਹਨਾਂ ਨੂੰ ਸਾਰੇ ਡਾਕੂਮੈਂਟਸ ਪ੍ਰੋਵਾਈਡ ਕੀਤੇ, ਅਤੇ ਉਹਦੇ ਹਿਸਾਬ ਨਾਲ ਸਾਰੇ ਡਾਕੂਮੈਂਟਸ ਪ੍ਰੋਵਾਈਡ ਕਰਨ ਤੋਂ ਬਾਅਦ ਇਹਨਾਂ ਨੇ ਮੇਰਾ ਵੀਜ਼ਾ ਲਗਵਾ ਕੇ ਦਿੱਤਾ ਹੈ। ਅਤੇ ਥੈਂਕ ਯੂ ਸੋ ਮੱਚ, ਇਹਨਾਂ ਦੀ ਬਹੁਤ ਅੱਛੀਆਂ ਸਰਵਿਸਿਜ਼ ਨੇ, ਅਤੇ ਬੜਾ ਈਜ਼ੀਲੀ ਮੈਨੂੰ ਲੱਗਾ ਕਿ ਮੈਨੂੰ ਵੀਜ਼ਾ ਮਿਲ ਗਿਆ। ਥੈਂਕ ਯੂ ਜੀ, ਬਹੁਤ ਧੰਨਵਾਦ ਸਿਮਰਨ। ਦੋਸਤੋ, ਇਸ ਟਾਈਮ ਇੱਕ ਨਾ ਅਫਵਾਹ ਫੈਲੀ ਹੋਈ ਹੈ ਮਾਰਕੀਟ 'ਚ ਕਿ ਇਸ ਟਾਈਮ ਵੀਜ਼ਾ ਨਹੀਂ ਆ ਰਹੇ, ਜਿਹੜੀ ਕਿ ਸਰਾਸਰ ਗਲਤ ਹੈਗੀ ਹੈ। ਜੇ ਤੁਹਾਡੀ ਪ੍ਰੋਫਾਈਲ ਅੱਛੀ ਹੈ, ਜੇਕਰ ਤੁਹਾਡੀ ਫਾਈਲ ਚੰਗੇ ਤਰੀਕੇ ਨਾਲ ਲੱਗਦੀ ਹੈ, ਤਾਂ ਵੀਜ਼ਾ ਅੱਜ ਵੀ ਆ ਰਹੇ ਨੇ। ਇਹ ਵੀਜ਼ਾ ਤੁਹਾਡੇ ਮੂਹਰੇ ਉਦਾਹਰਨ ਦੇ ਤੌਰ 'ਤੇ ਤੁਸੀਂ ਇਹਨੂੰ ਲੈ ਸਕਦੇ ਹੋ। ਜਿਵੇਂ ਮੈਂ ਹਮੇਸ਼ਾ ਹੀ ਕਹਿੰਦਾ ਕਿ ਜੇਕਰ ਤੁਹਾਡੀ ਪ੍ਰੋਫਾਈਲ ਅੱਛੀ ਹੈ ਤਾਂ ਤੁਹਾਡਾ ਵੀਜ਼ਾ ਕੋਈ ਰੋਕ ਨਹੀਂ ਸਕਦਾ। ਏਜ਼ ਕੋਈ ਮੈਟਰ ਨਹੀਂ ਕਰਦੀ, ਭਾਵੇਂ ਤੁਹਾਡੀ ਉਮਰ 20 ਸਾਲ ਹੈ, ਭਾਵੇਂ 40 ਸਾਲ ਹੈਗੀ ਹੈ। ਜੇ ਤੁਸੀਂ ਆਪਣੀ ਪ੍ਰੋਫਾਈਲ ਵੱਲ ਧਿਆਨ ਦਿੰਦੇ ਹੋ, ਤੁਸੀਂ ਆਪਣੀ ਪ੍ਰੋਫਾਈਲ ਅੱਛੇ ਤਰੀਕੇ ਨਾਲ ਲਾਉਂਦੇ ਹੋ ਅਤੇ ਤੁਹਾਡੀ ਫਾਈਲ ਵਧੀਆ ਤਰੀਕੇ ਨਾਲ ਲੱਗਦੀ ਹੈ, ਤਾਂ ਵੀਜ਼ਾ ਆ ਜਾਂਦਾ ਹੈ। ਵੀਜ਼ਾ ਸਪੌਂਸਰ 'ਤੇ ਵੀ ਆ ਜਾਂਦਾ ਅਤੇ ਵੀਜ਼ਾ ਹੋਟਲ ਬੁਕਿੰਗ 'ਤੇ ਵੀ ਆ ਜਾਂਦਾ ਹੈਗਾ, ਠੀਕ ਹੈ। ਕਈ ਲੋਕ ਕਹਿ ਦਿੰਦੇ ਨੇ ਕਿ ਅਨਮੈਰਿਡ ਦਾ ਵੀਜ਼ਾ ਨਹੀਂ ਆਉਂਦਾ, ਯੰਗ ਏਜ਼ ਦੇ ਵਿੱਚ ਵੀਜ਼ਾ ਨਹੀਂ ਆਉਂਦਾ, ਹੋਟਲ ਬੁਕਿੰਗ 'ਤੇ ਨਹੀਂ ਆਉਂਦਾ, ਜਾਂ ਜਿਨ੍ਹਾਂ ਦੀ ਪ੍ਰਾਈਵੇਟ ਜੋਬ ਹੈ ਉਹਨਾਂ ਦਾ ਵੀਜ਼ਾ ਨਹੀਂ ਆਉਂਦਾ। ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ। ਜੇ ਤੁਸੀਂ ਵਧੀਆ ਤਰੀਕੇ ਨਾਲ ਆਪਣੀ ਫਾਈਲਿੰਗ ਕਰਦੇ ਹੋ, ਕਿਸੇ ਵਧੀਆ ਕੰਸਲਟੈਂਟ ਕੋਲੋਂ ਆਪਣੀ ਫਾਈਲਿੰਗ ਕਰਵਾਉਂਦੇ ਹੋ, ਤਾਂ ਵੀਜ਼ਾ ਜਿਹੜਾ ਹੈਗਾ ਉਹ ਲਿਆ ਜਾ ਸਕਦਾ। ਅੱਜ ਵੀ ਵੀਜ਼ਾਜ਼ ਉਸੇ ਸਪੀਡ ਨਾਲ ਆ ਰਹੇ ਨੇ ਜਿਵੇਂ ਪਹਿਲਾਂ ਆਉਂਦੇ ਸੀਗੇ। ਸੋ ਘਬਰਾਉਣ ਦੀ ਲੋੜ ਨਹੀਂ ਹੈਗੀ, ਕਿਸੇ ਨੇ ਵੀ ਆਪਦਾ ਵੀਜ਼ਾ ਅਪਲਾਈ ਕਰਨਾ, ਤੁਸੀਂ ਆਪਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਇੱਕ ਵਾਰੀ ਮੈਂ ਫਿਰ ਤੁਹਾਨੂੰ ਦੱਸ ਦਿੰਦਾ ਕਿ ਸਿਮਰਨ ਦੀ ਏਜ 26 ਸਾਲ ਹੈ, ਅਨਮੈਰਿਡ ਨੇ, ਹੋਟਲ ਬੁਕਿੰਗ 'ਤੇ, ਫਰੈਸ਼ ਪਾਸਪੋਰਟ 'ਤੇ। ਮੈਂ ਦਿਖਾ ਦਿੰਦਾ ਤੁਹਾਨੂੰ, ਇਹਨਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈਗੀ, ਹੈ ਨਾ, ਕੋਈ ਟਰੈਵਲ ਹਿਸਟਰੀ ਨਹੀਂ, ਫਰੈਸ਼ ਪਾਸਪੋਰਟ 'ਤੇ, ਹੋਟਲ ਬੁਕਿੰਗ 'ਤੇ, 26 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਵੀਜ਼ਾ ਲਿੱਤਾ ਹੈਗਾ। ਸੋ ਤੁਸੀਂ ਵਧੇਰੇ ਜਾਣਕਾਰੀ ਲਈ ਆਪਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਸਾਡਾ ਕੋਈ ਵੀ ਆਫਿਸ ਵਿਜ਼ਿਟ ਕਰ ਸਕਦੇ ਹੋ। ਤੁਸੀਂ ਸਾਨੂੰ ਮੋਹਾਲੀ, ਬਰਨਾਲਾ, ਮੁਕਤਸਰ, ਮੋਗਾ, ਜਲੰਧਰ, ਅੰਮ੍ਰਿਤਸਰ ਕਿਤੇ ਮਿਲ ਸਕਦੇ ਹੋ। ਵਧੇਰੇ ਜਾਣਕਾਰੀ ਲਈ ਤੁਸੀਂ ਜੇ ਆ ਨਹੀਂ ਸਕਦੇ, ਔਨਲਾਈਨ ਵੀ ਸਾਡੀ ਸਰਵਿਸ ਲੈ ਸਕਦੇ ਹੋ। ਸਕਰੀਨ 'ਤੇ 3 ਨੰਬਰਾਂ 'ਤੇ ਕਾਲ ਕਰਕੇ ਮੇਰੀ ਟੀਮ ਨਾਲ ਗੱਲ ਕਰ ਸਕਦੇ ਹੋ। ਬਹੁਤ ਧੰਨਵਾਦ।